ਪਾਤ ਚਾਹੀ ਦਸਵੇਂ ਪਰਮ ਪਰਮ ਦੀ ਸਿਮਰਤਾ ਗੁਰੂ ਨਾਨਕ ਲਈ ਧਿਆਈ ਬ੍ਰਹਮਣ ਗੁਰ ਤੇ ਮਰਦਾਸ ਰਾਮਦਾਸ ਸੰਸਾਰ ਹਰਗੁੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਹਿ ਧਿਆਈਆ ਜਿਸ ਡਿੱਠਾ ਸਰਬਮ ਬਜਾਏ ਤੇ ਬਹਾਦਰ ਸਿਮਰੀਆ ਕਰ ਲੋ ਲੁਧਿਆਣ ਧਾਏ ਸੰਤ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰ ਧਾਰੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਪਾਠ ਸੇ ਮਨ ਤੇ ਹੰਸਰ ਕੇ ਬੋਲਾ ਜੀ ਪੰਜ ਪਿਆਰ ਚਮਤਾਰ ਜਾਦੇ ਚਾਲੇ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹੜਾ ਰਾਮ ਜੱਪਿਆ ਵੜ ਕੇ ਜੱਪਿਆ ਜੀ ਚਲਾਈ ਤੇ ਗਵਾਹੀ ਦੇਖ ਚੰਦਰ ਕੀਤਾ ਤਲਾ ਪਿਆ ਗਿਆ ਸਚਾਰਿਆਂ ਦੀ ਕਮਾਈ ਦਾ ਤੇ ਹੰਸਰ ਕੇ ਬੋਲੋ ਜੀ ਸੰਗਤ ਆਬਾਦ ਰਹੇ ਆਪ ਦੇ ਪ੍ਰਸਾਦ ਰਹੇ ਲੱਖ ਅਹਿਲਾਦ ਰਹੇ ਦੇਖੀਏ ਘੁਮਾ ਕੇ ਗੱਦੀਆਂ ਅਟਲ ਰਹੇ ਚੌਂਕੀਆਂ ਅਚਲ ਰਹੇ ਗੁੰਗੇ ਚਲਾ ਝੱਲ ਰਹੇ ਪੂਰੇ ਉਤਸ਼ਾਹ ਦੇ ਲਾਗ ਦੇ ਦੀਵਾਨ ਰਹੇ ਗਾਵ ਦੇ ਸੁਜਾਨ ਰਹੇ ਝੁੰਮ ਦੇ ਨਿਸ਼ਾਨ ਰਹੇ ਸਾਚੇ ਪਾਤਸ਼ਾਹ ਦੇ ਗੁਰੂ ਗ੍ਰੰਥ ਸਿੰਘ ਜੀ ਕੇ ਲਾਡਲੇ ਛਬੀਲੇ ਛੈਲ ਖਾਸ ਰੰਗੀਲੇ ਪਿਆਰੇ ਯੇ ਤੋ ਚਰਨ ਜੀਵ ਰਹੇ ਸੋ ਕਹੋ ਟਲ ਗੁਰਸ਼ੇਤੀਆ ਐਨਸ ਸਹਜ ਸੁਭਾਏ ਜਨਮ ਮਰਨ ਸਜਣ ਸੱਚਾ ਪਾਤਸ਼ਾਹ ਸਿਰ ਛਾਂ ਦੇ ਚਾਹ ਜਿਸ ਪਾਸ ਬੈਠਿਆ ਸੋ ਜੀਆ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਟੋਟੀ ਮਹੱਲਾ ਪੰਜਵਾਂ ਘਰ ਪੰਜਵਾਂ ਦੋਪਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਗ ਅਹਮ ਰੋਗ ਕਹ ਤਨ ਤੇ ਸਗਲ ਦੂਰ ਕੀਨ ਹਿੰਦੀ ਭਾਸ਼ਾ ਨੂੰ ਬੇਨਤੀ ਕਰੂੰਗਾ ਕਿ ਜਿੰਨੇ ਸਿੰਘ ਆਏ ਆ ਇਹਨਾਂ ਨੂੰ ਸੁਣ ਕੇ ਪੜ੍ਹਗੇ ਤੇ ਤੁਸੀਂ ਵਾਕਿਆ ਉਹ ਤੁਹਾਨੂੰ ਪੜ੍ਹ ਕੇ ਕੋਈ
ਆਫੀਸ਼ੀਅਲ ਪ੍ਰੋਗਰਾਮ ਨਹੀਂ ਹੈ ਗੁਰਦੁਆਰੇ ਦਾ, ਇਨਫੋਰਮਲ ਵਿੱਚ ਕਰ ਇਨਫੋਰਮਲ ਲਿਖਦਾ ਹੈ। ਇਹ ਕਰਕੇ ਅਸੀਂ ਮੰਗ ਕੀਤਾ ਮੈਂ ਤੁਹਾਨੂੰ ਵੀਡੀਓ ਦਿੱਤੇ ਜਾਣ ਤੇ ਪੀਟੀ ਮੋਬਾਈਲ ਸੀ ਪੂਰੀ ਡੀਟੇਲ ਦੇ ਅੰਦਰ ਦੇ ਕੋਲ ਪਈ ਹੈ ਵੀ ਇੰਨੇ ਬੰਦੇ ਆਉਣਗੇ ਸਾਡੇ ਤਾਂ ਚਲੋ ਕੋਈ ਗੱਲ ਨਹੀਂ। ਹੁਣ ਮੈਂ ਬੇਨਤੀ ਕਰੂੰਗਾ ਸਿੱਟੀ ਸਾਹਿਬ ਨੂੰ